ਇਹਨਾਂ ਨਾਲ ਤਾਂ ਮਾੜੀ ਹੋ ਗਈ। ਟਿਕਟ ਲੈ ਕੇ ਵੀ ਟ੍ਰੇਨ 'ਚ ਨਹੀਂ ਚੜ ਪਾਏ ਇਹ ਯਾਤਰੀ। ਕਿਸੇ ਦਾ ਅੱਧਾ ਪਰਿਵਾਰ ਟ੍ਰੇਨ 'ਚ ਚਲਾ ਗਿਆ ਤੇ ਅੱਧੇ ਖੜੇ ਰਹਿ ਗਏ ਸਟੇਸ਼ਨ ਉੱਤੇ। ਕਿਸੇ ਦਾ ਸਮਾਨ ਚਲਾ ਗਿਆ ਟ੍ਰੇਨ 'ਚ ਤੇ ਆਪ ਰਹਿ ਗਏ ਸਟੇਸ਼ਨ ਤੇ ਹੱਥ 'ਚ ਟਿਕਟਾਂ ਫੜੀ। ਭੀੜ ਇੰਨੀ ਸੀ ਕਿ ਟ੍ਰੇਨ 'ਚ ਚੜਨ ਦਾ ਮੌਕਾ ਹੀ ਨਹੀਂ ਮਿਲਿਆ। ਏਸੀ ਅਤੇ ਹੋਰ ਕੋਚ ਦੀਆਂ ਟਿਕਟਾਂ ਲੈ ਕੇ ਸਟੇਸ਼ਨ 'ਤੇ ਖੜ੍ਹੇ ਰਹੇ ਯਾਤਰੀ। ਟ੍ਰੇਨ ਲੰਘ ਜਾਣ ਤੋਂ ਬਾਅਦ ਇਹਨਾਂ ਨੇ ਕੀਤਾ ਜ਼ੋਰਦਾਰ ਹੰਗਾਮਾ। ਯਾਤਰੀਆਂ ਨੇ ਸਟੇਸ਼ਨ ਸਟਾਫ ਦੀ ਕੱਢੀ ਹੈ ਗਲਤੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਸਟੇਸ਼ਨ ਦੀਆਂ, ਜਿੱਥੇ 15656 ਟ੍ਰੇਨ ਨੰਬਰ ਦੀ ਇੱਕ ਗੱਡੀ ਜਿਹੜੀ ਸੀ ਵੈਸ਼ਨੋ ਦੇਵੀ ਤੋਂ ਕਾਮਿਆਖਾ ਜਾਣੀ ਸੀ ਅਤੇ ਅਚਾਨਕ ਇਸ ਗੱਡੀ ਦਾ ਟਰੈਕ ਨੰਬਰ ਚੇਂਜ ਹੋ ਗਿਆ ਅਤੇ ਹੋਰ ਦੂਜੇ ਪਲੇਟਫਾਰਮ 'ਤੇ ਆ ਗਈ ਅਤੇ ਨਾ ਹੀ ਇਸ ਦੀ ਕੋਈ ਸਟੇਸ਼ਨ ਦੇ ਸਟਾਫ ਵੱਲੋਂ ਸੂਚਨਾ ਕੀਤੀ ਗਈ। ਇਸ ਤਰੀਕੇ ਦਾ ਇਲਜ਼ਾਮ ਇਹ ਯਾਤਰੀ ਲਗਾ ਰਹੇ ਨੇ ਕਿ ਨਾ ਹੀ ਸਟੇਸ਼ਨ ਸਟਾਫ ਦੇ ਵੱਲੋਂ ਕੋਈ ਸੂਚਨਾ ਕੀਤੀ ਗਈ ਅਤੇ ਨਾ ਹੀ ਟ੍ਰੇਨ ਦਾ ਨੰਬਰ ਪਲੇਟਫਾਰਮ ਦੇ ਉੱਤੇ ਲਿਖਿਆ ਆਇਆ, ਜਿਸ ਕਰਕੇ ਕਈ ਯਾਤਰੀ ਭਗਦੜ ਦੇ ਵਿੱਚ ਸਟੇਸ਼ਨ 'ਤੇ ਹੀ ਖੜ੍ਹੇ ਰਹਿ ਗਏ। ਕਈਆਂ ਦੇ ਅੱਧੇ ਪਰਿਵਾਰਕ ਮੈਂਬਰ ਰੇਲ ਗੱਡੀ ਦੇ ਵਿੱਚ ਸਵਾਰ ਹੋ ਗਏ ਅਤੇ ਅੱਧੇ ਸਟੇਸ਼ਨ 'ਤੇ ਹੀ ਖੜ੍ਹੇ ਰਹਿ ਗਏ। ਇਹਨਾਂ ਦੇ ਹੱਥਾਂ 'ਚ ਫੜੀਆਂ ਇਹ ਟਿਕਟਾਂ ਇਸ ਗੱਲ ਦਾ ਸਬੂਤ ਹੈ ਕਿ ਟ੍ਰੇਨ ਚਲੀ ਗਈ ਹੈ ਅਤੇ ਇਹਨਾਂ ਨਾਲ ਮਾੜੀ ਹੋ ਗਈ ਹੈ। ਆਓ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਕੀ ਹੋਇਆ ਸੀ, ਕਿਸ ਗੱਲ 'ਤੇ ਇਹ ਸਟੇਸ਼ਨ ਉੱਤੇ ਖੜ੍ਹੇ ਰਹਿ ਗਏ ਅਤੇ ਟ੍ਰੇਨ 'ਚ ਚੜ੍ਹਨ ਦਾ ਮੌਕਾ ਇਹਨਾਂ ਨੂੰ ਕਿਉਂ ਨਹੀਂ ਮਿਲਿਆ। ਅੱਛਾ, ਟ੍ਰੇਨ ਦਾ ਨੰਬਰ ਕਿੰਨਾ ਥਾ? ਇਹ 15656 ਹੈ। 15656 ਕਹਾਂ ਜਾ ਰਹੀ ਸੀ? ਵੈਸ਼ਨੋ ਦੇਵੀ ਸੇ ਕਮੇਠਾ ਜਾਤੀ ਹੈ। ਵੈਸ਼ਨੋ ਦੇਵੀ ਸੇ ਕਮੇਠਾ? ਕਿੰਨੇ ਦੇਰ ਕਾ ਸਫ਼ਰ ਤਾਂ ਟ੍ਰੇਨ ਮੈਂ, ਕਿੰਨੇ ਘੰਟੇ ਚੱਲਣੀ ਟ੍ਰੇਨ? 24 ਘੰਟੇ 24 ਘੰਟੇ ਚਲਤੀ ਹੈ। 24 ਘੰਟੇ ਕਾ ਸਫ਼ਰ ਥਾ ਜੀ? ਆਪਕਾ ਕਿੰਨਾ ਸਫ਼ਰ ਥਾ ਯਹਾਂ ਸੇ? ਮੇਰਾ ਛੋਟਾ ਜੀ ਜੀ ਇਹਨਾਂ ਨਾਲ ਤਾਂ ਮਾੜੀ ਹੋ ਗਈ। ਟਿਕਟ ਲੈ ਕੇ ਵੀ ਟ੍ਰੇਨ 'ਚ ਨਹੀਂ ਚੜ ਪਾਏ ਇਹ ਯਾਤਰੀ। ਕਿਸੇ ਦਾ ਅੱਧਾ ਪਰਿਵਾਰ ਟ੍ਰੇਨ 'ਚ ਚਲਾ ਗਿਆ ਅਤੇ ਅੱਧੇ ਖੜ੍ਹੇ ਰਹਿ ਗਏ ਸਟੇਸ਼ਨ ਉੱਤੇ। ਕਿਸੇ ਦਾ ਸਮਾਨ ਚਲਾ ਗਿਆ ਟ੍ਰੇਨ 'ਚ ਅਤੇ ਆਪ ਰਹਿ ਗਏ ਸਟੇਸ਼ਨ 'ਤੇ ਹੱਥ 'ਚ ਟਿਕਟਾਂ ਫੜੀ। ਭੀੜ ਇੰਨੀ ਸੀ ਕਿ ਟ੍ਰੇਨ 'ਚ ਚੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਏਸੀ ਅਤੇ ਹੋਰ ਕੋਚ ਦੀਆਂ ਟਿਕਟਾਂ ਲੈ ਕੇ ਸਟੇਸ਼ਨ 'ਤੇ ਖੜ੍ਹੇ ਰਹੇ ਯਾਤਰੀ। ਟ੍ਰੇਨ ਲੰਘ ਜਾਣ ਤੋਂ ਬਾਅਦ ਇਹਨਾਂ ਨੇ ਕੀਤਾ ਜ਼ੋਰਦਾਰ ਹੰਗਾਮਾ। ਯਾਤਰੀਆਂ ਨੇ ਸਟੇਸ਼ਨ ਸਟਾਫ ਦੀ ਕੱਢੀ ਹੈ ਗਲਤੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਸਟੇਸ਼ਨ ਦੀਆਂ, ਜਿੱਥੇ 15656 ਟ੍ਰੇਨ ਨੰਬਰ ਦੀ ਇੱਕ ਗੱਡੀ ਜਿਹੜੀ ਸੀ ਵੈਸ਼ਨੋ ਦੇਵੀ ਤੋਂ ਕਾਮਿਆਖਾ ਜਾਣੀ ਸੀ ਅਤੇ ਅਚਾਨਕ ਇਸ ਗੱਡੀ ਦਾ ਟਰੈਕ ਨੰਬਰ ਚੇਂਜ ਹੋ ਗਿਆ ਅਤੇ ਹੋਰ ਦੂਜੇ ਪਲੇਟਫਾਰਮ 'ਤੇ ਆ ਗਈ ਅਤੇ ਨਾ ਹੀ ਇਸ ਦੀ ਕੋਈ ਸਟੇਸ਼ਨ ਦੇ ਸਟਾਫ ਵੱਲੋਂ ਸੂਚਨਾ ਕੀਤੀ ਗਈ। ਇਸ ਤਰੀਕੇ ਦਾ ਇਲਜ਼ਾਮ ਇਹ ਯਾਤਰੀ ਲਗਾ ਰਹੇ ਨੇ ਕਿ ਨਾ ਹੀ ਸਟੇਸ਼ਨ ਸਟਾਫ ਦੇ ਵੱਲੋਂ ਕੋਈ ਸੂਚਨਾ ਕੀਤੀ ਗਈ ਅਤੇ ਨਾ ਹੀ ਟ੍ਰੇਨ ਦਾ ਨੰਬਰ ਪਲੇਟਫਾਰਮ ਦੇ ਉੱਤੇ ਲਿਖਿਆ ਆਇਆ, ਜਿਸ ਕਰਕੇ ਕਈ ਯਾਤਰੀ ਭਗਦੜ ਦੇ ਵਿੱਚ ਸਟੇਸ਼ਨ 'ਤੇ ਹੀ ਖੜ੍ਹੇ ਰਹਿ ਗਏ। ਕਈਆਂ ਦੇ ਅੱਧੇ ਪਰਿਵਾਰਕ ਮੈਂਬਰ ਰੇਲ ਗੱਡੀ ਦੇ ਵਿੱਚ ਸਵਾਰ ਹੋ ਗਏ ਅਤੇ ਅੱਧੇ ਸਟੇਸ਼ਨ 'ਤੇ ਹੀ ਖੜ੍ਹੇ ਰਹਿ ਗਏ। ਇਹਨਾਂ ਦੇ ਹੱਥਾਂ 'ਚ ਫੜੀਆਂ ਇਹ ਟਿਕਟਾਂ ਇਸ ਗੱਲ ਦਾ ਸਬੂਤ ਹੈ ਕਿ ਟ੍ਰੇਨ ਚਲੀ ਗਈ ਹੈ ਅਤੇ ਇਹਨਾਂ ਨਾਲ ਮਾੜੀ ਹੋ ਗਈ ਹੈ। ਆਓ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਕੀ ਹੋਇਆ ਸੀ, ਕਿਸ ਗੱਲ 'ਤੇ ਇਹ ਸਟੇਸ਼ਨ ਉੱਤੇ ਖੜ੍ਹੇ ਰਹਿ ਗਏ ਅਤੇ ਟ੍ਰੇਨ 'ਚ ਚੜ੍ਹਨ ਦਾ ਮੌਕਾ ਇਹਨਾਂ ਨੂੰ ਕਿਉਂ ਨਹੀਂ ਮਿਲਿਆ। ਅੱਛਾ, ਟ੍ਰੇਨ ਦਾ ਨੰਬਰ ਕਿੰਨਾ ਥਾ? ਇਹ 15656 ਹੈ। 15656 ਕਹਾਂ ਜਾ ਰਹੀ ਸੀ? ਇਹ ਵੈਸ਼ਨੋ ਦੇਵੀ ਸੇ ਕਮੇਠਾ
जाती है वैष्णो देवी से कामाख्या। कितने देर का सफर था ट्रेन में, कितने घंटे चलनी ट्रेन? 24 घंटे चलती है, 24 घंटे का सफर था जी। आपका कितना सफर था यहाँ से? मेरा जी जी